ਤਰਨ ਤਾਰਨ ਹਲਕੇ ਦੇ ਪਿੰਡ ਝਬਾਲ 'ਚ ਸਰਪੰਚੀ ਚੋਣਾਂ ਦੇ ਮੈਦਾਨ 'ਚ ਉਤਰੇ ਸਰਬ ਸਾਂਝੇ ਉਮੀਦਵਾਰ ਬਲਜਿੰਦਰ ਸਿੰਘ ਪਿੰਦੂ ਦੇ ਵਿਰੋਧੀਆਂ ਵੱਲੋਂ ਨਾਮਜ਼ਦਗੀ ਪੇਪਰ ਰੱਦ ਕਰਵਾ ਦਿੱਤੇ ਗਏ ਸਨ, ਜਿਸ 'ਤੇ ਉਹਨਾਂ ਨੇ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਅੱਜ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਉਹਨਾਂ ਦੇ ਪੇਪਰ ਦਰਜ ਹੋਣ ਤੋਂ ਬਾਅਦ ਚੋਣ ਨਿਸ਼ਾਨ ਮਿਲ ਗਿਆ ਹੈ, ਜਿਸ 'ਤੇ ਉਹਨਾਂ ਨੇ ਸਮੂਹ ਪਿੰਡ ਵਾਸੀਆਂ ਸਮੇਤ ਮੁਅੱਤਬਰਾਂ ਨੇ ਚੋਣ ਕਮਿਸ਼ਨ, ਪ੍ਰਸ਼ਾਸਨ ਅਤੇ ਹਾਈਕੋਰਟ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦਾ ਫੈਸਲਾ ਪਹਿਲੀ ਵਾਰ ਅਤੇ ਪੰਜਾਬ 'ਚ ਇੱਕੋ ਪਿੰਡ ਦਾ ਆਇਆ ਹੈ, ਜਿੱਥੇ ਚੋਣਾਂ ਤੋਂ 2 ਦਿਨ ਪਹਿਲਾਂ ਉਮੀਦਵਾਰਾਂ ਦੇ ਪੇਪਰ ਦਰਜ ਹੋਏ ਹਨ। ਬੇਨਤੀ ਹੈ ਜੀ ਕਿ ਆਹ ਸਾਰਾ ਇਕੱਠ ਜੋ ਅੱਜ ਹੋਇਆ ਇਹ ਮਾਨਯੋਗ ਹਾਈਕੋਰਟ ਨੇ ਸਾਨੂੰ ਥੋੜ੍ਹੀ ਰਾਹਤ ਦਿੱਤੀ ਆ, ਜੋ ਪਿਛਲੇ ਦਿਨੀ ਸਰਕਾਰ ਦੇ ਦਬਾਅ ਹੇਠ ਸਾਡੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਸੀ ਕਿ ਇਹਨਾਂ ਦੇ ਝੂਠੇ ਕਬਜ਼ੇ ਆ ਛੱਪੜ ਦੇ ਉੱਤੇ ਕਿ ਇਹਨਾਂ ਨੇ ਕਬਜ਼ਾ ਕੀਤਾ ਆ, ਪਰ ਜੋ ਤਸਦੀਕ ਕਰਨ ਤੋਂ ਬਾਅਦ ਵੀਡੀਓ ਸਾਹਿਬ ਦੀ ਰਿਪੋਰਟ ਤੋਂ ਬਾਅਦ ਹਾਈਕੋਰਟ ਨੇ ਸਾਨੂੰ ਰਾਹਤ ਦਿੱਤੀ ਆ ਕਿ ਹੁਣ ਤੁਹਾਡੇ ਕਾਗਜ਼ ਬਹਾਲ ਕੀਤੇ ਜਾਂਦੇ, ਸਾਨੂੰ ਚੋਣ ਨਿਸ਼ਾਨ ਦਿੱਤਾ ਹੈ ਜੀ ਹੁਣੇ ਕੂਲਰ, ਅਤੇ ਸਾਡਾ ਮੇਨ ਮਕਸਦ ਜਿਹੜਾ ਆ ਕਿ ਪਿੰਡ ਦੇ ਵਿੱਚ ਗੰਦ ਪੈ ਚੁੱਕਾ ਨਸ਼ਿਆਂ ਦਾ, ਬਿਨਾਂ ਮਤਲਬ ਹਰ ਇੱਕ ਨੂੰ ਜਿਹਦੇ ਅਤੇ ਉਹ ਚੀਜ਼ ਲੈ ਕੇ ਅਸੀਂ ਚੱਲੇ ਹਾਂ ਜੀ। ਅਤੇ ਹਾਈ ਮਾਨਯੋਗ ਹਾਈਕੋਰਟ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇਨਸਾਫ ਦਵਾਇਆ, ਪਰ ਸਾਨੂੰ ਪ੍ਰਸ਼ਾਸਨ ਵੱਲੋਂ ਕੁਛ ਨਹੀਂ ਸੀ ਪੱਲੇ ਪਾਇਆ। ਤੁਹਾਨੂੰ ਹੁਣ ਵੀ ਕਿਸ ਤਰ੍ਹਾਂ ਦਾ ਕੋਈ ਡਾਊਟ ਹੈਗਾ ਵਾ ਵੀ ਇਹ ਜੀ ਤੁਹਾਡੇ ਖਿਲਾਫ ਇਹ ਕੋਈ ਸਾਜ਼ਿਸ਼ ਰਚਨਾ ਹੁਣ ਸਾਨੂੰ? ਹਾਂ, ਸਾਜ਼ਿਸ਼ ਬਿਲਕੁਲ ਜੀ, ਕਿਉਂਕਿ ਬਿਨਾਂ ਮਤਲਬ ਪਹਿਲੇ ਦਿਨ ਵੀ ਇਹਨਾਂ ਨੇ ਦਰਖਾਸਤਾਂ ਦੇ ਦਿੱਤੀਆਂ ਸੀ ਕਿ ਇਹਨਾਂ ਨੇ ਸਾਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂ ਹੋਰ ਕੁਛ, ਜਿਹੜੀ ਗੱਲ ਹੈ ਹੀ ਨਹੀਂ ਸੀ ਕੋਈ, ਕੋਈ ਮਿਲੇ ਵੀ ਨਹੀਂ, 3 ਪੁਲਿਸ ਨੇ ਰੇਡ ਕਰ ਦਿੱਤੇ, ਉਸ ਤੋਂ ਬਾਅਦ ਸਾਡੇ ਨਾਲ ਕਦੀ ਕੋਈ ਗੱਲ ਨਹੀਂ ਹੋਈ ਵੀ ਹਾਂ ਵੀ ਤੁਸੀਂ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪਰ ਉਹ 2-3 ਘੰਟਿਆਂ ਵਾਸਤੇ ਜਦੋਂ ਕਾਗਜ਼ ਦਾਖਲ ਕਰਨੇ ਸੀ ਉਦੋਂ ਹੀ ਇਹਨਾਂ ਨੇ ਕੀਤਾ ਪ੍ਰੈਸ਼ਰਾਈਜ਼। ਸ਼ਬਦ ਅਸੀਂ ਤਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਹਾਈਕੋਰਟ ਦਾ, ਜਿਨ੍ਹਾਂ ਨੇ ਸਮੁੱਚੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਅਤੇ ਪ੍ਰਸ਼ਾਸਨ ਦਾ ਵੀ ਇਹਦੇ ਵਿੱਚ ਕਰਨਾ ਚਾਹੁੰਦੇ, ਜਿਨ੍ਹਾਂ ਸਾਨੂੰ ਸਹਿਯੋਗ ਦੇ ਕੇ ਸਾਰਾ ਇਹ ਜੋ ਸੱਚ ਆ ਉਹ ਸੱਚ ਦੀ ਜਿੱਤ ਕੀਤੀ ਆ। ਅਸੀਂ ਚਾਹੁੰਦੇ ਵੀ ਲੋਕਤੰਤਰ ਦਾ ਜਿਹੜਾ ਪੰਜਾਬ ਦੇ ਵਿੱਚ ਘਾਣ ਆ ਉਹ ਅੱਗੇ ਤੋਂ ਨਾ ਹੋਵੇ, ਜੇ ਕੋਰਟਾਂ ਨਾ ਆਉਣ, ਕੋਰਟਾਂ ਦੀ ਅੱਗੇ ਸੁਣਵਾਈ ਨਾ ਹੋਵੇ ਤਾਂ ਫਿਰ ਕੋਰਟ ਦੀ ਵੀ ਵੈਲਿਊ ਜਿਹੜੀ ਉਹ ਘਟਦੀ ਆ। ਮੇਰਾ ਨਾਮ ਸਰੂਪ ਸਿੰਘ ਹੈ ਜੀ, ਅਸੀਂ ਪੁਰਾਣੇ ਕਾਂਗਰਸੀ ਹਾਂ, ਅਸੀਂ ਇਸ ਮੁੰਡੇ ਨੂੰ ਆਪਣੇ ਵੱਲੋਂ ਇਲੈਕਸ਼ਨ ਵਿੱਚ ਖਿਲਾਰਿਆ, ਪਰ ਪ੍ਰਸ਼ਾਸਨ ਨੇ ਸਾਡੇ ਕਾਗਜ਼ ਰੱਦ ਕਰ ਦਿੱਤੇ, ਦੂਜੀ ਪਾਰਟੀ ਨੇ ਰੱਦ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ ਅਤੇ ਸਾਨੂੰ ਹਾਈਕੋਰਟ ਤੋਂ ਰਾਹਤ ਮਿਲੀ ਆ, ਹੁਣ ਸਾਡੇ ਕਾਗਜ਼ ਬਹਾਲ ਹੋ ਗਏ ਆ, ਸਾਨੂੰ ਚੋਣ ਨਿਸ਼ਾਨ ਕੂਲਰ ਮਿਲ ਗਿਆ, ਅਤੇ ਅਸੀਂ ਆਸ ਰੱਖਦੇ ਹਾਂ ਕਿ ਪਬਲਿਕ ਸਾਨੂੰ ਜਿੱਤ ਦਵਾਊਗੀ। ਬਸ, ਧੰਨਵਾਦੀ ਹਾਂ ਜੀ।